ਜਸ ਪੁਨੀਤ ਅਹੁਜਾ ਕੀ ਗੱਲ ਕੀ ਹੋਈ ਭਾਜੀ ਮੜਾ ਦਾ ਬਸ ਸਰ ਆਪਣਾ ਆਰਡਰ ਦੇ ਬਾਹਰ ਆਇਆ ਸੀਗਾ ਆਰਡਰ ਟੇਕ ਅਵੇ ਲਈ ਜੀ ਤੇ ਬਸ ਪੰਜ ਕਹਿੰਦੇ ਪੰਜ ਮਿੰਟ ਲੱਗਣੇ ਆ ਉਹ ਮੇਨ ਵਾਈਲ ਹੀ ਦੋ ਬੰਦੇ ਇੱਕ ਬੰਦਾ ਪਿੱਛੇ ਗੱਡੀ ਦੇ ਆ ਕੇ ਬਹਿ ਗਿਆ ਤੇ ਮਿਸਿਸ ਤੇ ਮੈਂ ਬੈਠੇ ਸੀ ਕਾਰ 'ਚ ਮਿਸਿਸ ਇੱਕਦਮ ਘਬਰਾ ਕੇ ਬਾਹਰ ਭੱਜੀ ਅਤੇ ਮੈਂ ਵੀ ਨਿਕਲ ਆਇਆ ਕਾਰ ਤੋਂ ਬਾਹਰ ਅਤੇ ਦੂਜਾ ਬੰਦਾ ਵੀ ਗੱਡੀ ਅੱਗੇ ਆ ਕੇ ਬਹਿ ਗਿਆ ਕੁਛ ਕੈਸ਼ ਪਿਆ ਸੀ ਉਸ ਦੌਰਾਨ ਉਹਨਾਂ ਨੇ ਕੈਸ਼ ਚੱਕ ਲਿਆ ਮੇਰਾ ਅਤੇ ਕਾਰ ਦੀ ਚਾਬੀ ਵੀ ਚੱਕ ਚੁੱਕੇ ਸੀ ਅਤੇ ਉਹਨਾਂ ਨੇ ਮੈਨੂੰ ਕਿਹਾ ਸਰ ਸੋਰੀ ਸੋਰੀ ਗਲਤੀ ਨੰਬਰ ਕਿਸੇ ਹੋਰ ਕਾਰ 'ਚ ਬਹਿਣਾ ਸੀ ਇਹ 'ਚ ਬਹਿ ਗਏ 07 ਕਾਰ 'ਚ ਬਹਿਣਾ ਸੀ ਨੰਬਰ ਮਿਲਦਾ ਜੁਲਦਾ ਸੀ ਅਤੇ ਮੈਂ ਦੂਸਰੀ ਸਾਈਡ ਚਾਬੀ ਕੱਢਣ ਦੇ ਬਹਾਨੇ ਆ ਅਤੇ ਦੂਜਾ ਬੰਦਾ ਗੱਡੀ ਅੱਗੇ ਆ ਕੇ ਬਹਿ ਗਿਆ ਉਹਨਾਂ ਨੇ ਬਸ ਆਪਣਾ ਗੰਦ ਕੱਢੀ ਉਹਨਾਂ ਨੇ ਲੋਡ ਵਗੈਰਾ ਇਸ ਟਾਈਮ ਨਾਲ ਕੀਤੀ ਅਤੇ ਮੈਂ ਪਿੱਛੇ ਨੂੰ ਭੱਜਿਆ ਅਤੇ ਉਹਨੇ ਤੈਨੂੰ ਗੱਡੀ ਵਿਚਾ ਕੇ ਕਿਹੜੀ ਜਗ੍ਹਾ ਦੀ ਘਟਨਾ ਹੈ ਇਹ ਮਾਡਲ ਟਾਊਨ ਹੌਟ ਡਰਾਈਵ ਦੇ ਬਾਹਰ ਕਿੰਨੇ ਵਜੇ ਦੀ ਘਟਨਾ ਹੈ 9:15 9 9 ਵਜੇ ਦੇ ਆਸ ਪਾਸ ਤੁਸੀਂ ਮੌਕੇ 'ਤੇ ਪੁਲਿਸ ਨੂੰ ਫੋਨ ਕਰਤਾ ਜੀ ਹਾਂ ਹਾਂ ਅਸੀਂ ਨਾਲ ਹੀ 5 ਮਿੰਟਾਂ 'ਚ ਹੀ ਆ ਗਏ ਸੀਗੇ ਕਿਹੜੀ ਗੱਡੀ ਸੀਗੀ BMW ਸੀਗੀ ਸਰ ਕੀ ਨੰਬਰ ਹੈ ਗੱਡੀ ਦਾ BMW ਸਰ 0077 ਕੀ ਹੁਣ ਪ੍ਰਸ਼ਾਸਨ ਵੱਲੋਂ ਕੀ ਬਸ ਕਾਰਵਾਈ ਕਰ ਰਹੇ ਆ ਬੈਸਟ ਹੀ ਕਰਨਗੇ ਜੋ ਕਰਨਗੇ ਦੇਖੋ ਕੀ ਕਰਦੇ ਆ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਅਰਾਊਂਡ 9:15 ਉਹਨੇ ਇੱਕ BMW ਕਾਰ ਹੈਗੀ PB08EK0077 ਤਾਂ ਉਹ ਬਲੂ ਡਾਰਕ ਬਲੂ ਕਲਰ ਦੀ ਹੈਗੀ ਉਹ ਸੰਜੇ ਕਵਾਟੇ ਰੋਡ ਹੈ ਮਾਡਲ ਟਾਊਨ ਉੱਤੇ ਕੋਈ ਪਨੀਟ ਪਿੰਟਾ ਜੀ ਹੈਗਾ ਉਹ ਆਪਣੀ ਫੈਮਿਲੀ ਨਾਲ ਜਾ ਰਹੇ ਸੀਗੇ ਉਹ ਜਦੋਂ ਗਾੜੀ ਰੁਕੀ ਤਾਂ ਦੋ ਬੰਦੇ ਫੋਰਸਫੁਲੀ ਗਾੜੀ 'ਚ ਬੈਠ ਕੇ ਉਹ ਗਾੜੀ ਨੂੰ ਭਜਾ ਕੇ ਲੈ ਗਏ ਉਹਨਾਂ ਦਾ ਕਹਿਣਾ ਹੈ ਕਿ ਵੀ ਉਹਨਾਂ ਦੇ ਭਜਾ ਕੇ ਲੈ ਗਏ ਇਮੀਡੀਏਟਲੀ ਪੁਲਿਸ ਨੂੰ ਉਹਦੀ ਇਨਫੋਰਮੇਸ਼ਨ ਮਿਲੀ ਹੈਗੀ ਅਸੀਂ CID ਦੀ ਵੀ ਟੀਮ ਲਾਈ ਹੈਗੀ ਬਾਕੀ ਵੀ ਟੀਮਾਂ ਆ ਰਹੀ ਹੈਗੀ ਐਂਡ ਅਸੀਂ ਜਿਹੜੇ ਵੀ ਹੈਗੇ ਸਾਰੇ ਕੈਮਰਾਜ਼ ਵਗੈਰਾ ਚੈੱਕ ਕਰਾ ਰਹੇ ਹੈਗੇ ਸਰ ਕੋਈ ਪੇਮੈਂਟ ਦੀ ਕੋਈ ਗੱਲਬਾਤ ਹੋਈ ਪੇਮੈਂਟ ਵੀ ਐਜ ਆਫ ਨਾਓ ਵੀ ਆਰ ਇਨਕੁਆਇਰਿੰਗ ਅਸੀਂ ਜਿਹੜੇ ਫੈਕਟਸ ਹੈ ਉਹਨੂੰ ਵੈਰੀਫਾਈ ਕਰ ਰਹੇ ਹਾਂ ਜੋ ਹਾਲੇ ਸਾਡੇ ਕੋਲ ਹੈਗੀ ਵੈਰੀ ਲਿਮਿਟਡ ਇਨਫੋਰਮੇਸ਼ਨ ਹੈਗੀ ਜਿੱਦਾਂ ਜਿੱਦਾਂ ਸਾਨੂੰ ਇਨਫੋਰਮੇਸ਼ਨ ਮਿਲੇਗੀ ਅਸੀਂ ਵੈਕਸ ਨੂੰ ਪ੍ਰੋਪਰ ਤਰੀਕੇ ਨਾਲ ਵੈਰੀਫਾਈ ਕਰਾਂਗੇ ਸਰ ਜਿਹੜੇ ਸਨੈਚਰ ਸੀਗੇ ਉਹ ਆਰਮਡ ਸੀ ਉਹਨਾਂ ਕੋਲ ਹੈ ਜੋ ਜਿਹੜਾ ਕੰਪਲੇਨੈਂਟ ਹੈਗਾ ਉਹ ਕਹਿ ਰਹੇ ਕਿ ਵੀ ਉਹਨਾਂ ਨੇ ਵੈਪਨ ਦਿਖਾਇਆ ਹੈਗਾ ਸੋ ਉਹ ਵੀ ਅਸੀਂ ਵੈਰੀਫਾਈ ਕਰਦੇ ਹਾਂ ਸਰ ਵੈਪਨ ਜਿਹੜੀ ਗੱਲ ਕਰੀਏ ਤੁਸੀਂ ਕਹਿੰਦੇ ਵੈਪਨ ਦਿਖਾਇਆ ਵੈਪਨ ਕਿਹੜਾ ਸੀਗਾ ਸਰ ਨਹੀਂ ਉਹ ਜਿਹੜਾ ਉਹਨਾਂ ਤੋਂ ਹਾਲੇ ਤੱਕ ਜੋ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਉਹ ਵੀ ਪੂਰੀ ਤਰ੍ਹਾਂ ਨਹੀਂ ਦੱਸ ਪਾ ਰਹੇ ਕਿ ਵੈਪਨ ਕਿਹੜਾ ਸੀਗਾ ਉਹ ਕਹਿੰਦੇ ਕਿ ਵੀ ਇੱਕ ਛੋਟਾ ਸਾ ਸਮਾਲ ਸਾ ਜਿਹੜਾ ਪਿਸਟਲ ਹੈ ਕਿ ਰਿਵੋਲਵਰ ਹੈ ਇਹ ਵੀ ਉਹ ਕਨਫਰਮ ਨਹੀਂ ਕਰ ਸਰ ਕੋਈ CCTV ਦੇਖੀ ਹੋਈ CCTV ਕਿੰਨੇ ਬੰਦੇ ਆ ਰਹੇ ਨਹੀਂ ਐਜ਼ ਆਫ ਨਾਓ ਵੀ ਆਰ ਜਸਟ ਤੁਸੀਂ ਵੀ ਦੇਖ ਰਹੇ ਹੋਗੇ ਕਿ ਵੀ ਹਲੇ ਅਸੀਂ ਵੀ ਜਸਟ ਆਏ ਹੈਗੇ ਸਾਰੀ CCTV ਵਗੈਰਾ ਕਰਕੇ ਅਸੀਂ ਛੇਤੀ ਤੋਂ ਛੇਤੀ ਬੰਦੇ ਕਿੰਨੇ ਸੀ ਸਰ ਜਿਹੜੇ ਐਜ਼ ਪਰ ਕੰਪਲੇਨੈਂਟ ਦੇ ਵਰ 2 ਪੀਪਲ ਦੋ ਬੰਦੇ ਸੀਗੇ ਬਟ ਸਰ ਮੌਕੇ ਤੋਂ ਜਿੱਥੇ ਲੁੱਟ ਹੋਈ ਹੈ ਉਹਨਾਂ ਨੇ ਜਿਹੜੇ ਜਿੱਥੇ ਲੁੱਟ ਹੋਈ ਹੈ ਉਹਦੇ ਜਿਹਨਾਂ ਨੇ ਕੋਈ ਗੱਲਬਾਤ ਕੀਤੀ ਵੈਰੀਫਿਕੇਸ਼ਨ ਦਾ ਹੈਗਾ ਪਤਾ ਲੱਗਾ ਕੋਈ ਗੱਡੀ ਕਿਹੜੇ ਪਾਸੇ ਲੈ ਕੇ ਗਏ ਸਨੈਚਰ ਆ ਕੀ ਅੱਛੀ ਚੁੱਪ ਵਾਲੇ ਪਾਸੇ ਗੱਡੀ ਉਸ ਤੋਂ ਅੱਗੇ ਸ਼ਹਿਰ ਤੋਂ ਬਾਹਰ ਵਾਲੇ ਪਾਸੇ ਕੋਈ ਇਲਾਕੇ ਨੂੰ ਕਿਹਾ ਕੁਛ ਉਹ ਤਾਂ ਅਭੀ ਜੋ ਜਿਹੜਾ ਵੀ ਅਸੀਂ ਅੱਗੇ CCTV ਫੁਟੇਜ ਚੈੱਕ ਵਗੈਰਾ ਚੈੱਕ ਕਰਾਂਗੇ ਤਾਂ ਉਸ ਤੋਂ ਕਨਫਰਮ ਹੋ ਪਾਊਗਾ ਸਰ ਪਤਾ ਲੱਗਿਆ ਕਿ ਉਹਨਾਂ ਨੇ ਕਈ ਜਗ੍ਹਾ ਉੱਤੇ ਨਾਕੇ ਵੀ ਤੋੜੇ ਆ ਕਿ ਨਾ ਸਾਡੇ ਕੋਲ ਇਹੋ ਜਿਹੀ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਸਰ ਗੱਡੀ ਨੰਬਰ ਕਿੰਨਾ ਸੀ ਗੱਡੀ ਨੰਬਰ PB08EK0077 ਸਰ ਜਿਨ੍ਹਾਂ ਦੀ ਗੱਡੀ ਸੀ ਉਹ ਮੀਆਂ ਬੀਬੀ ਸੀ ਜਾਂ ਕੋਈ ਫੈਮਿਲੀ ਹੋਰ ਸੀਗੀ ਵੀ ਐਜ਼ ਆਫ ਨਾਓ ਮੀਆਂ ਉਹ ਜਿਹੜੇ ਮਿਸਟਰ ਪੁਨੀਤ ਅਹੁਜਾ ਜੀ ਹੈ ਉਹ ਉਹਨਾਂ ਦੀ ਵਾਈਫ ਸੀਗੀ ਅਬ ਗਾੜੀ ਦਾ ਰਜਿਸਟ੍ਰੇਸ਼ਨ ਕਿਹਦੇ ਨਾਮ 'ਚ ਹੈਗਾ ਗਾੜੀ ਕਿਹਦੇ ਨਾਮ 'ਚ ਰਜਿਸਟਰ ਹੈ ਅਬ ਹੀ ਅਸੀਂ ਵੈਰੀਫਾਈ ਕਰ ਰਹੇ ਹਾਂ ਖੁਦਾ ਦੇ ਘਰ ਦੇਰ ਹੈ ਪਰ ਹਨੇਰ ਨਹੀਂ ਕੀ ਤੁਸੀਂ ਪਰੇਸ਼ਾਨ ਹੋ ਅੱਜ ਹੀ ਸੰਪਰਕ ਕਰੋ ਦੁਖੀ ਭੈਣ ਭਰਾ ਦੇ ਸੱਚੇ ਹਮਦਰਦ ਬਾਬਾ ਅਫਜ਼ਲ ਖਾਨ 9889984580 ਗੈਟ ਐਕਸ ਲਵ ਬੈਕ ਇਨ ਯੋਰ ਲਾਈਫ ਪਰੇਸ਼ਾਨੀ ਜਿਵੇਂ ਵਿਆਹ ਵਿੱਚ ਰੁਕਾਵਟ ਖੋਇਆ ਪਿਆਰ ਵਾਪਸ ਪਾਉਣਾ ਪਤੀ ਪਤਨੀ ਵਿੱਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਇਮੀਗ੍ਰੇਸ਼ਨ ਮਸਲੇ ਔਲਾਦ ਸੁੱਖ ਬੁਰੇ ਸੁਪਨੇ ਬਿਮਾਰੀ ਵਿੱਚ ਦਵਾ ਦਾ ਨਾ ਲੱਗਣਾ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਮੈਗਾ ਮਿਲੀਅਨ ਹਰ ਜਗ੍ਹਾ ਤੋਂ ਨਿਰਾਸ਼ ਤੇ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਨੂੰ ਖੂਨ ਦੇ ਹੰਝੂ ਨਹੀਂ ਰੋਣ ਦਿਆਂਗਾ ਇਟਸ ਮਾਈ ਪ੍ਰੋਮਿਸ ਬਾਬਾ ਅਫਜ਼ਲ ਖਾਨ 9889984580